हाँ जी सत श्री अकाल जी सारिआं नूं पंजाब मिड वी तुहाडा बहुत बहुत स्वागत करदे आं। ते अज आपां गल करांगे जदों किसान बिल राज सभा तों पास होया सी उस दिन की स्थिति सी ते उस समय उत्थे की माहौल सी ते किवें इह बिल पास होया, क्योंकि हले भी बहुत सारे लोकां नूं किसानां दे इस मुद्दे बारे चंगी तरह समझ ही नहीं आई ते उहनां नूं शायद इह लगदा है कि किसान एवें ही रौला पाई जांदे ने जदके बिल इहनां दे पक्ख दे ने। सो जेकर आपां देखीए 1970 दे विच कणक दा रेट 76 रुपये क्विंटल जो कि 45 साल बाद 1450 रुपये हो गया, मतलब के 2015 दे विच। पर जेकर आपां होर नौकरियां दी गल करिए जिन्हां दी आपां बेसिक पे ते डीए चाके देखिए, मतलब तनखाह ते महंगाई पत्ता, उन्हां दा इही पिछले 45 सालां दे विच 120 तो 150 गुणा वध्या है सरकारी मुलाजमां दा। ते जेकर गल करिए स्कूल टीचर दी, उन्हां दी तनखाह 280 तो 300 गुणा ज्यादा वध गई इन्ने टाइम दे विच। ते कॉलेज ते यूनिवर्सिटियां दे जो प्रोफेसर ने उन्हां दी तनखाह 150 तो 170 गुणा तक वधी है इह पिछले 45 सालां दे विच। पर जेकर आपां किसान दी इनकम नापीए जो कि कणक ते झोने दे मुल तों नापी ਜਾਵੇਗੀ ਤਾਂ ਉਹ ਇਹ ਪਿਛਲੇ 45 ਸਾਲਾਂ ਦੇ ਵਿੱਚ 19 ਗੁਣਾ ਵਧੀ ਹੈ। ਪਰ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਇਹ ਸਰਕਾਰੀ ਮੁਲਾਜ਼ਮਾਂ ਦੀ ਵੀ ਹੁਣ ਤੱਕ ਤਨਖਾਹ 19 ਗੁਣਾ ਹੀ ਵਧੀ ਹੁੰਦੀ ਤਾਂ ਹੁਣ ਤੱਕ ਇਹ ਕਦੋਂ ਦੇ ਨੌਕਰੀ ਛੱਡ ਚੁੱਕੇ ਹੁੰਦੇ। ਤੇ ਦੇਵਿੰਦਰ ਜੀ ਦਾ ਕਹਿਣਾ ਹੈ ਕਿ ਇਹ ਸਭ ਕੁਝ ਦੇਖਣ ਤੋਂ ਬਾਅਦ ਕਿਸਾਨ ਦਾ ਮਿਨੀਮਮ ਸਪੋਰਟ ਪ੍ਰਾਈਸ 7600 ਰੁਪਇਆ ਪ੍ਰਤੀ ਕੁਇੰਟਲ ਦਾ ਬਣਨਾ ਚਾਹੀਦਾ ਹੈ, ਜੋ ਕਿ ਕਿਸਾਨ ਦਾ ਹੱਕ ਹੈ, ਜੋ ਕਿ ਸ਼ਾਇਦ ਹੀ ਕੋਈ ਸਰਕਾਰ ਦੇਵੇ। ਤੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਲੋਕ ਸਵਾਲ ਕਰਨਗੇ ਕਿ ਇੰਨਾ ਪੈਸਾ ਕਿੱਥੋਂ ਆਵੇਗਾ, ਪਰ ਉਹ ਕਹਿੰਦੇ ਨੇ ਕਿ ਅਸੀਂ ਕਦੇ ਪੁੱਛਿਆ ਜਦੋਂ ਇੰਨਾ ਪੈਸਾ ਕਾਰਪੋਰੇਟ ਨੂੰ ਦਿੱਤਾ ਜਾਂਦਾ ਹੈ ਤਾਂ ਉਹ ਕਿੱਥੋਂ ਆਉਂਦਾ। ਤੇ ਤੁਹਾਨੂੰ ਦੱਸ ਦਈਏ ਕਿ ਜੋ ਸੁਪਰੀਮ ਕੋਰਟ ਦੇ ਆਫੀਸਰ ਨੇ ਉਹਨਾਂ ਨੂੰ 21,000 ਕੱਪੜੇ ਧਵਾਉਣ ਦੇ ਮਿਲਦੇ ਨੇ ਹਰ ਸਾਲ ਦੇ, ਤੇ ਡਿਫੈਂਸ ਵਾਲਿਆਂ ਨੂੰ 20,000 ਮਿਲਦਾ ਹਰ ਸਾਲ ਦਾ ਕੱਪੜੇ ਧਵਾਉਣ ਦਾ। ਤੇ ਉਹ ਅੱਜ ਕੱਲ੍ਹ ਲੜਾਈ ਕਰ ਰਹੇ ਨੇ, ਡਿਫੈਂਸ ਵਾਲੇ ਕਹਿ ਰਹੇ ਨੇ ਕਿ ਸੁਪਰੀਮ ਕੋਰਟ ਵਾਲਿਆਂ ਨੂੰ ਜ਼ਿਆਦਾ ਕਿਉਂ ਮਿਲ ਰਿਹਾ ਹੈ ਜਦਕਿ ਅਸੀਂ ਤਾਂ ਬਾਰਡਰ ਤੇ ਰਹਿ ਰਹੇ ਹਾਂ। ਪਰ ਇੱਥੇ ਦੇਵਿੰਦਰ ਜੀ ਦਾ ਕਹਿਣਾ ਹੈ ਕਿ ਕਿਸਾਨ ਦੇ ਕੋਲ ਕੱਪੜੇ ਨਹੀਂ ਹੁੰਦੇ ਧੋਣ ਨੂੰ, ਤੇ ਪਿਛਲੇ 70 ਸਾਲਾਂ ਵਿੱਚ ਅੱਜ ਤੱਕ ਤੁਸੀਂ ਕਦੇ ਸੁਣਿਆ ਕਿ ਕਿਸਾਨ ਦੇ ਖਰਚਿਆਂ ਵਿੱਚ 20,000 ਜਾਂ 15,000 ਰੁਪਇਆ ਐਡ ਕੀਤਾ ਹੈ ਉਸਦੇ ਕੱਪੜਿਆਂ ਲਈ। ਤੇ ਹੁਣ ਤੁਹਾਨੂੰ ਦੱਸ ਦਈਏ ਕਿ ਮਿਨੀਮਮ ਸਪੋਰਟ ਪ੍ਰਾਈਸ ਦੇ ਵਿੱਚ ਕੀ ਕੀਤਾ ਜਾਂਦਾ ਹੈ, ਜੋ ਉਹ ਫਸਲ ਦੀ ਲਾਗਤ ਲੱਗਦੀ ਹੈ ਤੇ ਜੋ ਉਹ ਫੈਮਿਲੀ ਦੀ ਲੇਬਰ ਹੁੰਦੀ ਹੈ ਉਸ ਨੂੰ ਜੋੜ ਕੇ ਮਿਨੀਮਮ ਸਪੋਰਟ ਪ੍ਰਾਈਸ ਦਿੱਤਾ ਜਾਂਦਾ ਹੈ। ਤੇ ਬਹੁਤ ਸਾਰੇ ਸਰਕਾਰੀ ਮੁਲਾਜ਼ਮਾਂ ਨੂੰ ਆਪਣੀ ਤਨਖਾਹ ਤੋਂ ਬਿਨਾਂ 108 ਭੱਤੇ ਮਿਲਦੇ ਨੇ। ਸੋ ਬੇਸ਼ੱਕ ਉਹਨਾਂ ਨੂੰ ਮਿਲਣੇ ਚਾਹੀਦੇ ਨੇ, ਉਹ ਮਿਹਨਤ ਕਰਦੇ ਨੇ, ਪਰ ਕਿਸਾਨ ਨੂੰ ਕਿਉਂ ਨਹੀਂ ਮਿਲਦੇ ਇਹ ਕਦੇ ਸੋਚਿਆ? ਸੋ ਸਾਡੀਆਂ ਸਰਕਾਰਾਂ ਇਹ ਕਿਉਂ ਸੋਚ ਕੇ ਚੱਲ ਰਹੀਆਂ ਨੇ ਕਿ ਕਿਸਾਨ ਸਾਡੇ ਉੱਤੇ ਬੋਝ ਹੈ? ਪਰ ਅਸਲ ਵਿੱਚ ਇਹ ਕੁਝ ਕੁ ਚੀਜ਼ਾਂ ਕਿਸਾਨ ਦੀ MSP ਦੇ ਵਿੱਚ ਜੋੜੀਆਂ ਜਾਣੀਆਂ ਚਾਹੀਦੀਆਂ ਨੇ, ਪਰ ਇੱਥੇ ਤਾਂ ਸਰਕਾਰ MSP ਦੀ ਸ਼ੋਰਟੀ ਦੇਣ ਨੂੰ ਹੀ ਤਿਆਰ ਨਹੀਂ ਹੈ। ਬਸ ਮੂੰਹ ਜਵਾਨੀ ਕਹਿ ਦਿੰਦੇ ਨੇ ਕਿ MSP ਨਾਲ ਕੋਈ ਛੇੜਛਾੜ ਨਹੀਂ ਹੋਵੇਗੀ। ਸੋ ਜੇਕਰ ਤੁਸੀਂ ਕੋਈ ਛੇੜਛਾੜ ਕਰਨੀ ਹੀ ਨਹੀਂ ਤਾਂ ਲਿਖ ਕੇ ਦੇ ਦਿਓ। ਸੋ ਇਹ ਗੱਲਾਂ ਕਿਸਾਨ ਐਵੇਂ ਨਹੀਂ ਕਰਦਾ। ਸੋ ਕਿਸੇ ਸਮੇਂ DAP ਦਾ ਰੇਟ 485 ਸੀ, ਫਿਰ ਵੱਧ ਕੇ 1250 ਹੋ ਗਿਆ, ਤੇ ਜਦੋਂ ਲੋਕ ਰੌਲਾ ਪਾਉਣ ਲੱਗੇ ਤਾਂ ਫਿਰ ਇਹਨਾਂ ਨੇ 1080 ਦਾ ਕਰ ਦਿੱਤਾ, ਤੇ ਅੱਜ ਕਈ ਥਾਵਾਂ ਤੇ 1400 ਨੂੰ ਵੀ ਦੇਖਣ ਨੂੰ ਮਿਲੇਗਾ। ਤੇ ਬਾਕੀ ਦਵਾਈਆਂ ਦੇ ਵੀ ਰੇਟ ਇੱਦਾਂ ਹੀ ਵੱਧਦੇ ਜਾ ਰਹੇ ਨੇ, ਤੇ ਸਭ ਤੋਂ ਵੱਡੀ ਚੀਜ਼ ਡੀਜ਼ਲ ਦਾ ਰੇਟ ਤੁਸੀਂ ਕਦੇ ਦੇਖਿਆ ਹੈ? ਹਰ ਰੋਜ਼ ਵੱਧਦਾ ਹੀ ਜਾਂਦਾ ਹੈ। ਜਦੋਂ ਦਾ ਪ੍ਰਾਈਵੇਟ ਸੈਕਟਰ ਵਿੱਚ ਆਇਆ ਉਦੋਂ ਦਾ ਕੋਈ ਰੌਲਾ ਵੀ ਨਹੀਂ ਪਾਉਂਦਾ, ਤੇ ਡੀਜ਼ਲ ਤਾਂ ਹਰ ਇੱਕ ਥਾਂ ਤੇ ਚਾਹੀਦਾ ਹੀ ਚਾਹੀਦਾ ਹੈ, ਤੇ ਬਿਜਲੀ ਦੇ ਬਿੱਲਾਂ ਬਾਰੇ ਵੀ ਤੁਹਾਨੂੰ ਪਤਾ ਹੀ ਹੈ। ਸੋ ਕਹਿਣ ਦਾ ਭਾਵ ਇਹ ਹੈ ਕਿ ਕਿਸਾਨ ਐਵੇਂ ਨਹੀਂ ਬੋਲ ਰਿਹਾ, ਜਦੋਂ ਕੋਸਟ ਆਫ ਪ੍ਰੋਡਕਸ਼ਨ ਵੱਧ ਰਹੀ ਹੈ ਤੇ ਤੁਹਾਡੇ ਰੇਟ ਵੱਧ ਨਹੀਂ ਰਹੇ, ਸੋ ਫਿਰ ਕਿਸਾਨ ਹੁਣ ਕੀ ਕਰੇ? ਸੋ ਜੇਕਰ ਆਪਾਂ ਦੇਖੀਏ 60 ਕਰੋੜ ਕਿਸਾਨ ਨੇ ਪੂਰੇ ਭਾਰਤ ਦੇ ਵਿੱਚ, ਜੇਕਰ ਪੂਰੀ ਫੈਮਿਲੀ ਦੇ ਮੈਂਬਰ ਮਿਲਾ ਲਏ ਜਾਣ, ਪਰ ਫਿਰ ਵੀ ਕਿਸਾਨ ਦੀ ਆਵਾਜ਼ ਦੱਬ ਕੇ ਕਿਉਂ ਰਹਿ ਜਾਂਦੀ ਹੈ? ਸੋ ਇਸ ਦਾ ਕਾਰਨ ਇਹ ਹੈ ਕਿ ਸਾਰੇ ਕਿਸਾਨ ਵੰਡੇ ਹੋਏ ਨੇ ਆਪਣੇ ਧਰਮਾਂ ਦੇ ਹਿਸਾਬ ਨਾਲ, ਆਪਣੀਆਂ ਪੋਲੀਟੀਕਲ ਪਾਰਟੀਆਂ ਦੇ ਕਾਰਨ। ਸੋ ਇਸ ਕਰਕੇ ਇਹਨਾਂ ਦੀ ਪਾਵਰ ਤੇ ਇਹਨਾਂ ਦੀ ਤਾਕਤ ਘੱਟ ਜਾਂਦੀ ਹੈ। ਸੋ ਇਸ ਤਰ੍ਹਾਂ ਅਲੱਗ ਅਲੱਗ ਪਾਰਟੀਆਂ ਦੇ ਵਿੱਚ ਕਿਸਾਨ ਵੰਡੇ ਹੋਏ ਨੇ, ਤੇ ਇਹੀ ਪਾਰਟੀਆਂ ਜਾਣਦੀਆਂ ਨੇ ਕਿ ਕਿਸਾਨ ਕਦੇ ਵੀ ਇਕੱਠੇ ਨਹੀਂ ਹੋ ਸਕਦੇ। ਸੋ ਇਸ ਕਰਕੇ ਉਹ ਇਹਨਾਂ ਦਾ ਫਾਇਦਾ ਲੈਂਦੇ ਨੇ ਆਪਣੇ ਆਪ ਨੂੰ ਅੱਗੇ ਲਿਜਾਣ ਲਈ। ਸੋ ਇਹ ਚੀਜ਼ ਵਿੱਚ ਕਿਸਾਨ ਆਪ ਵੀ ਦੋਸ਼ੀ ਹੈ, ਉਹ ਕਦੇ ਵੀ ਕਿਸਾਨੀ ਨਾਲ ਆਪਣੀ ਪਾਰਟੀ ਤੋਂ ਹਟ ਕੇ ਨਹੀਂ ਖੜਿਆ। ਸੋ ਇਸ ਕਰਕੇ ਹੀ ਕਿਸਾਨ ਨੂੰ ਹਮੇਸ਼ਾ ਅਣਦੇਖਿਆ ਕਰਿਆ ਜਾਂਦਾ ਹੈ। ਸੋ ਕੁੱਲ ਮਿਲਾ ਕੇ ਸਰਕਾਰਾਂ ਲਈ ਕਿਸਾਨ ਦੇ ਦੋ ਹੀ ਉਪਯੋਗ ਨੇ, ਇੱਕ ਤਾਂ ਵੋਟ ਬੈਂਕ ਤੇ ਦੂਜਾ ਲੈਂਡ ਬੈਂਕ, ਮਤਲਬ ਜਾਂ ਫਿਰ ਵੋਟ ਲਓ ਇਹਨਾਂ ਤੋਂ ਜਾਂ ਫਿਰ ਇਹਨਾਂ ਦੀ ਜ਼ਮੀਨ ਲਓ, ਤੇ ਸੱਚ ਜਾਣਿਓ ਹੋਰ ਕੋਈ ਮਤਲਬ ਨਹੀਂ ਇਹਨਾਂ ਨੂੰ। ਤੇ ਜੇਕਰ ਗੱਲ ਕਰੀਏ ਪਰਾਲੀ ਦੀ ਤਾਂ ਪਰਾਲੀ ਦਾ ਧੂੰਆਂ ਬਹੁਤ ਛੇਤੀ ਪਹੁੰਚ ਜਾਂਦਾ ਦਿੱਲੀ, ਉਹ ਗੱਲ ਵੱਖਰੀ ਹੈ ਕਿ ਧਰਨੇ ਦੀ ਆਵਾਜ਼ ਨਹੀਂ ਜਾਂਦੀ। ਤੇ ਆਪਣੇ ਪੰਜਾਬ ਦੇ ਮੁੱਖ ਮੰਤਰੀ
मंत्री ने सेंटर गवर्नमेंट नूं कहा सी कि तुसी सानू 100 रुपया प्रति क्वांटल दे पिछे दो असी पराली दा हल करांगे जो कि कुल मिला के 2000 करोड़ दे नेड़े तेड़े बनणगे पर सेंटर गवर्नमेंट ने कहा कि साडे कोल 2000 करोड़ नहीं है ਤੁਹਾਨੂੰ ਦੇਣ ਲਈ ਵੈਸੇ ਇਹ ਪੈਸੇ ਕੋਈ ਜ਼ਿਆਦਾ ਪੈਸੇ ਨਹੀਂ ਹੈ ਸੋ ਜਿਸ ਦਿਨ ਸਰਕਾਰ ਨੇ ਇਹ ਪੈਸੇ ਦੇਣ ਤੋਂ ਇਨਕਾਰ ਕੀਤਾ ਸੀ ਉਸ ਦਿਨ ਹੀ ਸਰਕਾਰ ਨੇ 1% DA ਵਧਾਇਆ ਸੀ ਇੰਪਲੋਇਸ ਦਾ ਜਿਸ ਦੇ ਵਿੱਚ 3000 ਕਰੋੜ ਰੁਪਏ ਲੱਗੇ ਸੋ ਹੁਣ ਸੋਚਣ ਵਾਲੀ ਗੱਲ ਹੈ ਕਿ 1% DA ਜ਼ਰੂਰੀ ਸੀ ਜਾਂ ਫਿਰ ਪਰਾਲੀ ਤੋਂ ਆਉਣ ਵਾਲਾ ਧੂੰਆਂ ਰੋਕਣਾ ਜ਼ਰੂਰੀ ਸੀ ਸੋ ਸਰਕਾਰਾਂ ਇਹ ਮੰਨ ਕੇ ਚੱਲਦੀਆਂ ਨੇ ਕਿ ਕਿਸਾਨ ਆਪਣੀਆਂ ਸਾਰੀਆਂ ਮੁਸ਼ਕਲਾਂ ਆਪ ਹੀ ਹੱਲ ਕਰੇਗਾ ਸਾਡਾ ਕੰਮ ਬਿਜ਼ਨਸ ਵਾਲੇ ਬੰਦਿਆਂ ਨੂੰ ਸੰਭਾਲਣਾ ਹੈ ਤੇ ਇਕਨੋਮਿਕ ਐਡਵਾਈਜ਼ਰ ਇਹ ਕਹਿੰਦੇ ਨੇ ਕਿ ਕਾਰਪੋਰੇਟ ਦਾ ਕਰਜ਼ਾ ਮਾਫ ਕਰਨ ਨਾਲ ਦੇਸ਼ ਦੀ ਗਰੋਥ ਹੁੰਦੀ ਹੈ ਤੇ ਕਿਸਾਨ ਦਾ ਕਰਜ਼ਾ ਮਾਫ ਕਰਨ ਨਾਲ ਦੇਸ਼ ਤੇ ਭਾਰ ਪੈਂਦਾ ਹੈ ਸੋ ਇਹ ਇਹਨਾਂ ਦਾ ਮਾਡਲ ਹੈ ਸੋ ਕਦੇ ਵੀ ਕਾਰਪੋਰੇਟ ਵਾਲੇ ਬੰਦੇ ਨੇ ਜਿਹਨੇ ਲੋਨ ਲਿਆ ਹੋਵੇ ਤੇ ਉਹ ਨਾ ਭਰੇ ਤੇ ਉਸ ਦੇ ਕਦੇ ਵੀ ਲਿਵਿੰਗ ਸਟਾਈਲ ਵਿੱਚ ਤੁਸੀਂ ਫਰਕ ਨਹੀਂ ਦੇਖਿਆ ਹੋਵੇਗਾ ਉਸ ਦੇ ਕੋਲ ਉਵੇਂ ਹੀ ਬੰਗਲਾ ਹੁੰਦਾ ਹੈ ਉਵੇਂ ਹੀ ਉਹਦੇ ਕੋਲ ਗੱਡੀਆਂ ਹੁੰਦੀਆਂ ਨੇ ਤੇ ਜੇਕਰ ਕੋਈ ਬਹੁਤਾ ਵੱਡਾ ਜ਼ਿਆਦਾ ਹੀ ਘਪਲਾ ਕਰ ਜਾਵੇ ਤਾਂ ਉਹ ਦੇਸ਼ ਤੋਂ ਹੀ ਬਾਹਰ ਲੰਘ ਜਾਂਦਾ ਹੈ ਪਰ ਜੇਕਰ ਕਿਸਾਨ ਦੇ ਉੱਪਰ 1,00,000 ਰੁਪਇਆ ਕਰਜ਼ਾ ਵੀ ਹੋਵੇ ਤਾਂ ਉਸਦਾ ਬਹੁਤ ਬੁਰਾ ਹਾਲ ਹੁੰਦਾ ਹੈ ਉਸ ਨੂੰ ਨੋਟਿਸ ਵੀ ਭੇਜੇ ਜਾਂਦੇ ਨੇ ਸੋ ਜੇਕਰ ਕਿਸਾਨ ਦੇ ਲਈ ਇਹ ਮਾਡਲ ਹੈ ਕਿ ਉਸ ਨੂੰ ਜੇਲ੍ਹ ਹੋਵੇਗੀ ਜੇਕਰ ਉਸਨੇ ਕਰਜ਼ਾ ਨਾ ਮੁੜਿਆ ਤਾਂ ਕਾਰਪੋਰੇਟ ਨੂੰ ਵੀ ਹੋਣੀ ਚਾਹੀਦੀ ਹੈ ਜੇਕਰ ਬਿਜ਼ਨਸਮੈਨਾਂ ਨੂੰ ਨਹੀਂ ਹੁੰਦੀ ਤਾਂ ਕਿਸਾਨ ਨੂੰ ਵੀ ਨਹੀਂ ਹੋਣੀ ਚਾਹੀਦੀ ਸੋ ਪਹਿਲੀ ਗੱਲ ਤਾਂ ਪੂਰੀ ਦੁਨੀਆ ਵਿੱਚ ਇਕੱਲਾ ਪੰਜਾਬ ਹੀ ਏਦਾਂ ਦਾ ਹੈ ਜਿਹਦੀ 98% ਭੂਮੀ ਨੂੰ ਪਾਣੀ ਲੱਗਦਾ ਹੈ ਤੇ ਪੂਰੀ ਦੁਨੀਆ ਵਿੱਚੋਂ ਸਭ ਤੋਂ ਜ਼ਿਆਦਾ ਕਣਕ ਮੱਕੀ ਤੇ ਝੋਨੇ ਦੀ ਪ੍ਰੋਡਕਟੀਵਿਟੀ ਸਭ ਤੋਂ ਜ਼ਿਆਦਾ ਪੰਜਾਬ ਵਿੱਚ ਹੁੰਦੀ ਹੈ ਸੋ ਇਹ ਟੌਪ ਕਰਦਾ ਹੈ ਪੂਰੀ ਦੁਨੀਆ ਦੇ ਵਿੱਚ ਪਰ ਫਿਰ ਵੀ ਪੰਜਾਬ ਦੇ ਕਿਸਾਨ ਦਾ ਬੁਰਾ ਹਾਲ ਹੈ ਤੇ 2000 ਸਨ ਤੋਂ ਲੈ ਕੇ 2017 ਦੇ ਵਿੱਚ 16,600 ਤੋਂ ਵੱਧ ਕਿਸਾਨਾਂ ਨੇ ਆਤਮ ਹੱਤਿਆ ਕੀਤੀ ਹੈ ਸੋ ਇਹਨਾਂ ਦੇ ਰੂਲ ਬਹੁਤ ਅਜੀਬ ਨੇ ਜੇਕਰ ਕੋਈ ਕਿਸਾਨ ਆਪਣੀ ਫਸਲ ਦਾ ਬੀਮਾ ਕਰਾਉਂਦਾ ਹੈ ਤਾਂ ਜਦੋਂ ਉਸਦੀ ਫਸਲ ਖਰਾਬ ਹੁੰਦੀ ਹੈ ਤਾਂ ਉਸ ਸਮੇਂ ਅਧਿਕਾਰੀ ਆ ਕੇ ਕਹਿੰਦਾ ਕਿ ਤੁਹਾਨੂੰ ਮੁਆਵਜ਼ਾ ਤਾਂ ਮਿਲੇਗਾ ਜੇਕਰ ਤੁਹਾਡੇ ਨਾਲ ਦੀ ਹੋਰ ਲੋਕਾਂ ਦੀ ਜਾਂ ਪੂਰੇ ਪਿੰਡ ਦੀ ਫਸਲ ਖਰਾਬ ਹੋਈ ਹੋਵੇ ਸੋ ਇਹ ਤਾਂ ਉਹ ਗੱਲ ਕਰਦੇ ਨੇ ਕਿ ਜੇਕਰ ਬੰਦੇ ਨੇ ਆਪਣਾ ਬੀਮਾ ਕਰਾਇਆ ਹੋਵੇ ਤੇ ਕੀ ਉਹ ਆ ਕੇ ਕਹਿਣਗੇ ਕਿ ਪੂਰਾ ਪਿੰਡ ਮਰੂਗਾ ਜਾਂ ਫਿਰ ਤੁਹਾਡੇ ਨਾਲ ਦੇ ਬੰਦੇ ਮਰਨਗੇ ਤਾਂ ਅਸੀਂ ਤੁਹਾਨੂੰ ਮੁਆਵਜ਼ਾ ਦੇਵਾਂਗੇ ਸੋ ਕਿਸਾਨ ਨੂੰ ਕਿਹਾ ਜਾਂਦਾ ਹੈ ਕਿ ਜੇਕਰ ਪੂਰੇ ਪਿੰਡ ਦੀ ਫਸਲ ਖਰਾਬ ਹੋਈ ਹੈ ਤਾਂ ਤੁਹਾਨੂੰ ਮੁਆਵਜ਼ਾ ਮਿਲੇਗਾ ਤੇ ਜੇਕਰ ਪਿੰਡ ਦੀ ਫਸਲ ਖਰਾਬ ਨਹੀਂ ਹੋਈ ਤਾਂ ਫਿਰ ਤੁਹਾਨੂੰ ਮੁਆਵਜ਼ਾ ਨਹੀਂ ਮਿਲੇਗਾ ਸੋ ਜੇਕਰ ਦੇਖਿਆ ਜਾਵੇ ਕਿਤੇ ਕਿਤੇ ਕਿਸਾਨ ਤਰੱਕੀ ਵੀ ਕਰ ਰਹੇ ਨੇ ਤੇ ਬਹੁਤ ਸਾਰੇ ਸ਼ਹਿਰ ਦੇ ਐਜੂਕੇਟਡ ਲੋਕ ਵੀ ਕਿਸਾਨੀ ਦੇ ਵਿੱਚ ਆ ਰਹੇ ਨੇ ਪਰ ਫਿਰ ਵੀ ਕਿਸਾਨੀ ਦਾ ਗ੍ਰਾਫ ਥੱਲੇ ਨੂੰ ਆ ਰਿਹਾ ਹੈ ਨਾ ਕਿ ਉੱਪਰ ਨੂੰ ਬੇਸ਼ੱਕ ਕੁਝ ਕੁ ਬੰਦਿਆਂ ਨੂੰ ਫਾਇਦਾ ਹੋ ਰਿਹਾ ਹੋਵੇ ਪਰ ਟੋਟਲ ਮਿਲਾ ਕੇ ਐਵਰੇਜ ਘਟਦੀ ਹੀ ਜਾ ਰਹੀ ਹੈ ਸੋ ਅਮਰੀਕਾ ਦੇ ਵਿੱਚ ਜੇਕਰ ਤੁਸੀਂ ਡੈਰੀ ਫਾਰਮ ਦੇਖਦੇ ਹੋ ਤਾਂ ਉਹ ਬਹੁਤ ਹੀ ਮਾਡਰਨ ਹੈ ਉੱਥੇ ਹਰ ਇੱਕ ਚੀਜ਼ ਦੀ ਸਹੂਲਤ ਹੈ ਆਪਣੇ ਨਾਲੋਂ ਬਹੁਤ ਹੀ ਜ਼ਿਆਦਾ ਅੱਗੇ ਨੇ ਪਰ ਪਿਛਲੇ ਕੁਝ ਕੁ ਮਹੀਨਿਆਂ ਵਿੱਚ ਇੱਕ ਕਿਸਾਨ ਨੇ ਡੈਰੀ ਫਾਰਮਰ ਨੇ ਆਤਮ ਹੱਤਿਆ ਕਰ ਲਈ ਪਹਿਲਾਂ ਤਾਂ ਉਸ ਨੇ ਆਪਣੀਆਂ 51 ਗਾਵਾਂ ਨੂੰ ਗੋਲੀ ਮਾਰੀ ਤੇ ਉਸ ਤੋਂ ਬਾਅਦ ਫਿਰ ਉਸ ਨੇ ਆਪਣੇ ਆਪ ਨੂੰ ਮਾਰ ਲਈ ਸੋ ਅੱਜ ਇਹ ਹਾਲਤ ਹੈ ਕਿ ਪਿਛਲੇ 10 ਸਾਲਾਂ ਦੇ ਵਿੱਚ 17,000 ਤੋਂ ਵੱਧ ਛੋਟੇ ਡੈਰੀ ਫਾਰਮ ਬੰਦ ਹੋ ਗਏ ਨੇ ਤੇ ਇੰਗਲੈਂਡ ਦੇ ਵਿੱਚ ਪਿਛਲੇ 3 ਸਾਲਾਂ ਦੇ ਵਿੱਚ 3,000 ਡੈਰੀ ਫਾਰਮ ਬੰਦ ਹੋ ਗਏ ਨੇ ਸੋ ਇਹ ਕਿਉਂ ਹੋ ਰਿਹਾ ਹੈ ਕਿਉਂਕਿ ਉਹਨਾਂ ਨੂੰ ਸਹੀ ਪ੍ਰਾਈਜ਼ ਨਹੀਂ ਮਿਲ ਰਹੇ ਸਹੀ ਰੇਟ ਨਹੀਂ ਮਿਲ ਰਹੇ ਸੋ ਜੇਕਰ ਸਹੀ ਰੇਟ ਮਿਲਣਗੇ ਤਾਂ ਕਿਹਦਾ ਜੀ ਕਰਦਾ ਕਿ ਉਹ ਆਪਣਾ ਕੰਮ ਧੰਦਾ ਬੰਦ ਕਰ ਦੇਵੇ ਸੋ ਦਵਿੰਦਰ ਸ਼ਰਮਾ ਜੀ ਦਾ ਕਹਿਣਾ ਹੈ ਕਿ ਸਾਡੀ ਸੋਚ ਇਹ ਹੋਣੀ ਚਾਹੀਦੀ ਹੈ ਕਿ ਘੱਟ ਤੋਂ ਘੱਟ ਕਿਸਾਨ ਨੂੰ 18,000 ਰੁਪਈਏ ਪ੍ਰਤੀ ਮਹੀਨਾ ਕਿਵੇਂ ਦਵਾ ਸਕਦੇ ਹਾਂ ਅਸੀਂ ਸੋ ਉਹਨਾਂ ਦਾ ਕਹਿਣਾ ਕਿ ਅਸੀਂ ਇਹ ਨਹੀਂ ਕਹਿ ਰਹੇ ਕਿ ਤੁਸੀਂ ਚੈੱਕ ਕੱਟ ਕੇ ਦੇ ਦਿਓ ਕਿਸਾਨ ਨੂੰ ਸੋ ਉਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਉਹਨਾਂ ਦੀ ਸਟੇਟ ਦੇ ਹਿਸਾਬ ਦੇ ਨਾਲ ਜਿੰਨੀ ਉਹਨਾਂ ਦੀ ਐਵਰੇਜ ਇਨਕਮ ਬਣਦੀ ਹੈ ਬੇਸ਼ੱਕ ਉਹ 10,000 ਬਣਦੀ ਹੋਵੇ ਜਾਂ 12,000 ਬਣਦੀ ਹੋਵੇ ਤਾਂ ਉਸ ਦੇ ਉੱਪਰ 6,000 ਸਟੇਟ ਦੇਵੇ ਸੋ ਇੱਥੇ ਹੁਣ ਇਹ ਕੋਈ ਨਾ ਕਹੇ ਕਿ ਇੰਨਾ ਪੈਸਾ ਦੇਸ਼ ਕੋਲ ਨਹੀਂ ਹੈ ਸੋ ਇਹ ਦੇਸ਼ ਨੇ ਕਾਰਪੋਰੇਟਸ ਦੇ ਪਿਛਲੇ 14 ਸਾਲ ਦੇ ਵਿੱਚ 55 ਲੱਖ ਕਰੋੜ ਦੇ ਕਰਜ਼ੇ ਮਾਫ ਕੀਤੇ ਨੇ ਜੋ 110 ਸਾਲ ਦੀ ਗਰੀਬੀ ਮਿਟਾ ਸਕਦੇ ਸੀ ਮਤਲਬ ਦੇਸ਼ ਕੋਲ ਪੈਸਾ ਹੈ ਸੀ ਪਰ ਜਿਨ੍ਹਾਂ ਤੋਂ ਲੈਣਾ ਚਾਹੀਦਾ ਸੀ ਉਹਨਾਂ ਤੋਂ ਨਹੀਂ ਲਿਆ ਜਿਨ੍ਹਾਂ ਨੂੰ ਦੇਣਾ ਚਾਹੀਦਾ ਸੀ ਉਹਨਾਂ ਨੂੰ ਨਹੀਂ ਦਿੱਤਾ ਗਿਆ ਸੋ ਕਹਿਣ ਦਾ ਭਾਵ ਹੈ ਕਿ ਪੈਸੇ ਦੀ ਕੋਈ ਕਮੀ ਨਹੀਂ ਹੈ ਤੇ ਜਿਨ੍ਹਾਂ ਨੇ ਉਸ ਦਿਨ ਇਸ ਬਿੱਲ ਦਾ ਵਿਰੋਧ ਕੀਤਾ ਉਹਨਾਂ ਵਿੱਚੋਂ ਕੁਝ ਐਮਪੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਤੇ ਕੁਝ ਪ੍ਰੋਟੈਸਟ ਤੇ ਬੈਠੇ ਨੇ ਸੋ 20 ਸਤੰਬਰ 2020 ਦੀ ਸਵੇਰ ਨੂੰ 9:39 ਤੇ ਮਿਨਿਸਟਰ ਆਫ ਐਗਰੀਕਲਚਰ ਨਰਿੰਦਰ ਤੋਮਰ ਇਸ ਬਿੱਲ ਦੀ ਸ਼ੁਰੂਆਤ ਕਰਦੇ ਨੇ ਤੇ ਜਿਸ ਤੋਂ ਬਾਅਦ ਇਸ ਬਿੱਲ ਤੇ ਬਹੁਤ ਬਹਿਸ ਹੋਈ ਤੇ ਦੂਜੀਆਂ ਪਾਰਟੀਆਂ ਨੇ ਇਸ ਦਾ ਵਿਰੋਧ ਵੀ ਕੀਤਾ ਪਰ ਇਹਨਾਂ ਦਾ ਕਹਿਣਾ ਸੀ ਕਿ ਇਹ ਬਿੱਲ ਬਹੁਤ ਹੀ ਇਤਿਹਾਸਿਕ ਹੈ ਕਿਸਾਨਾਂ ਦੀ ਜ਼ਿੰਦਗੀ ਲਈ ਤੇ ਇਹ ਇਹਨਾਂ ਦੀ ਜ਼ਿੰਦਗੀ ਬਦਲ ਦੇਣਗੇ ਤੇ ਇਹਨਾਂ ਦਾ MSP ਦੇ ਨਾਲ
ਨਾਲ ਕੋਈ ਲੈਣਾ ਦੇਣਾ ਨਹੀਂ। ਜਦਕਿ ਇਸ ਚੀਜ਼ ਕਾਰਨ ਹੀ ਪ੍ਰੋਟੈਸਟ ਚੱਲ ਰਹੇ ਨੇ ਪੰਜਾਬ ਤੇ ਹਰਿਆਣਾ ਦੇ ਵਿੱਚ। ਤੇ ਜੇਕਰ ਤੁਹਾਨੂੰ ਉਸ ਬਾਰੇ ਪੂਰੀ ਨੌਲੇਜ ਨਹੀਂ ਤਾਂ ਸਾਡੀ ਪਹਿਲੀ ਵੀਡੀਓ ਜ਼ਰੂਰ ਦੇਖ ਲਿਓ। ਤੇ ਇਹ ਮਸਲੇ ਤੇ ਲਗਾਤਾਰ ਬਹਿਸ ਹੁੰਦੀ ਗਈ ਤੇ ਹੁਣ ਰਾਜ ਸਭਾ ਦੇ ਸੈਸ਼ਨ ਦਾ ਖਤਮ ਹੋਣ ਦਾ ਸਮਾਂ 1 ਵਜੇ ਦਾ ਸੀ, ਪਰ ਡੈਪਟੀ ਚੇਅਰਮੈਨ ਹਰੀਵੰਸ਼ ਜੀ ਨੇ ਕਿਹਾ ਕਿ ਆਪਾਂ ਇਹ ਸੈਸ਼ਨ ਨੂੰ ਉਦੋਂ ਤੱਕ ਚਾਲੂ ਰੱਖਦੇ ਹਾਂ ਜਦੋਂ ਤੱਕ ਇਸ ਬਿੱਲ ਦਾ ਕੋਈ ਹੱਲ ਨਹੀਂ ਨਿਕਲਦਾ। ਤੇ ਇਹ ਗੱਲ ਸੁਣ ਕੇ ਦੂਜੀ ਪਾਰਟੀ ਦੇ MPs ਨੇ ਰੌਲਾ ਪਾਇਆ ਕਿ ਇਸ ਬਿੱਲ ਨੂੰ 21 ਤਰੀਕ ਨੂੰ ਸੋਲਵ ਕਰ ਲਿਆ ਜਾਵੇ, ਮਤਲਬ ਕਿ ਅਗਲੇ ਦਿਨ। ਇੰਨੀ ਕੀ ਕਾਲੀ ਹੈ ਕਿ ਇਸ ਨੂੰ ਅੱਜ ਹੀ ਹੱਲ ਕਰਨਾ ਹੈ। ਤੇ ਜਿਸ ਤੋਂ ਉਹਨਾਂ ਨੂੰ ਅੰਦਾਜ਼ਾ ਲੱਗਣਾ ਸ਼ੁਰੂ ਹੋ ਗਿਆ ਸੀ ਕਿ ਅੱਜ ਇਸ ਨੂੰ ਪਾਸ ਕੀਤਾ ਹੀ ਜਾਵੇਗਾ। ਵੈਸੇ ਪਰੰਪਰਾ ਇਹ ਹੈ ਕਿ ਸਭ ਦੀ ਰਾਏ ਲਈ ਜਾਂਦੀ ਹੈ ਕਿ ਇਹ ਸੈਸ਼ਨ ਨੂੰ ਚੱਲਦੇ ਹੀ ਰੱਖਣਾ ਹੈ ਜਾਂ ਫਿਰ ਕੱਲ ਦੀ ਡੇਟ ਤੇ ਰੱਖਣਾ ਹੈ, ਪਰ ਇਹ ਸੈਸ਼ਨ ਚੱਲਦਾ ਰਿਹਾ। ਤੇ ਫਿਰ 1:39 ਤੇ ਡਿਪਟੀ ਪਰਸਨ ਨੇ ਵੌਇਸ ਵੋਟ ਲਿਆ ਰਾਜ ਸਭਾ ਤੋਂ, ਇਹ ਜਾਣਨ ਲਈ ਕਿ ਕਿੰਨੇ ਲੋਕ ਇਸ ਬਿੱਲ ਦੇ ਵਿਰੋਧੀ ਨੇ ਤੇ ਕਿੰਨੇ ਇਸ ਦੇ ਪੱਖ ਵਿੱਚ ਨੇ। ਸੋ ਵੌਇਸ ਵੋਟ ਇੱਕ ਵੋਟਿੰਗ ਦਾ ਤਰੀਕਾ ਹੈ ਜਿਸ ਵਿੱਚ ਆਵਾਜ਼ ਸੁਣ ਕੇ ਰਿਜ਼ਲਟ ਤੈਅ ਕੀਤਾ ਜਾਂਦਾ ਹੈ, ਜਿਸ ਵਿੱਚ ਸਪੀਕਰ ਰਾਜ ਸਭਾ ਦੇ MPਾਂ ਤੋਂ ਪੁੱਛਦਾ ਹੈ ਕਿ ਕਿੰਨੇ MP ਇਸ ਬਿੱਲ ਦੇ ਪੱਖ ਵਿੱਚ ਨੇ, ਤੇ ਜਿਹੜੇ MP ਇਸ ਬਿੱਲ ਦੇ ਪੱਖ ਵਿੱਚ ਹੋਣਗੇ ਉਹ ਰੌਲਾ ਪਾ ਕੇ ਆਏ ਬੋਲਣਗੇ, ਤੇ ਜੋ ਇਹ ਬਿੱਲ ਨੂੰ ਵਿਰੋਧ ਕਰਦੇ ਨੇ ਉਹ ਰੌਲਾ ਪਾ ਕੇ ਨੋ ਬੋਲਣਗੇ। ਤੇ ਜਿਸ ਤੋਂ ਬਾਅਦ ਸਪੀਕਰ ਫਿਰ ਦੋਨਾਂ ਆਵਾਜ਼ਾਂ ਨੂੰ ਸੁਣਦੇ ਨੇ ਤੇ ਫਿਰ ਉਹ ਡਿਸਾਈਡ ਕਰਦੇ ਨੇ ਕਿ ਕਿਹੜੀ ਆਵਾਜ਼ ਉਹਨਾਂ ਨੂੰ ਸਭ ਤੋਂ ਜ਼ਿਆਦਾ ਲੱਗੀ, ਉੱਚੀ ਲੱਗੀ, ਤੇ ਇਸ ਬੇਸ ਤੇ ਫਿਰ ਡਿਸੀਜਨ ਲਿਆ ਜਾਂਦਾ ਹੈ। ਤੇ ਫਿਰ ਉਹਨਾਂ ਦਾ ਕਹਿਣਾ ਸੀ ਕਿ ਆਏ ਦੀ ਆਵਾਜ਼ ਜ਼ਿਆਦਾ ਆ ਰਹੀ ਸੀ, ਸੋ ਇਸ ਕਰਕੇ ਆਏ ਵਾਲੇ ਲੋਕ ਜ਼ਿਆਦਾ ਨੇ, ਇਸ ਕਰਕੇ ਇਹ ਬਿੱਲ ਨੂੰ ਪਾਸ ਕਰ ਦੇਣਾ ਚਾਹੀਦਾ ਹੈ। ਸੋ ਬਹੁਤ ਹੀ ਅਜੀਬ ਤਰੀਕਾ ਹੈ ਬਿੱਲ ਪਾਸ ਕਰਨ ਦਾ। ਸੋ ਇਹ ਚੀਜ਼ ਤਾਂ ਕੁੱਲ ਮਿਲਾ ਕੇ ਸਪੀਕਰ ਦੇ ਉੱਤੇ ਹੈ ਕਿ ਉਸ ਨੂੰ ਆਏ ਜ਼ਿਆਦਾ ਸੁਣਿਆ ਜਾਂ ਨੂੰ ਜ਼ਿਆਦਾ ਸੁਣਿਆ। ਵੈਸੇ ਇਹ ਤਰੀਕਾ ਉਦੋਂ ਵਰਤਿਆ ਜਾਂਦਾ ਹੈ ਜਦੋਂ 90% ਲੋਕ ਇੱਕ ਪਾਸੇ ਹੋਣ ਤੇ 10% ਇੱਕ ਪਾਸੇ, ਤੇ ਉਸ ਵਕਤ ਵੋਟਿੰਗ ਲਈ ਜ਼ਿਆਦਾ ਸਮਾਂ ਨਾ ਖਰਾਬ ਕਰਨ ਲਈ ਇਸ ਤਰੀਕੇ ਨੂੰ ਵਰਤਿਆ ਜਾਂਦਾ ਹੈ ਤਾਂ ਜੋ ਸਾਰੇ ਜਣੇ ਸੁਣ ਸਕਣ ਤੇ ਰਿਜ਼ਲਟ ਸਾਹਮਣੇ ਆ ਸਕੇ। ਪਰ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ 60% ਜਾਂ 40% ਦਾ ਮੁਕਾਬਲਾ ਹੁੰਦਾ ਹੈ ਤਾਂ ਸਪੀਕਰ ਕਿਵੇਂ ਦੱਸ ਸਕਦਾ ਹੈ ਕਿ ਆਏ ਵਾਲੇ ਲੋਕ ਜ਼ਿਆਦਾ ਸੀ ਜਾਂ ਨੋ ਵਾਲੇ। ਸੋ ਅਜਿਹੇ ਮੁੱਦਿਆਂ ਲਈ ਇੱਕ ਹੋਰ ਵੀ ਫੈਸਿਲਿਟੀ ਦਿੱਤੀ ਗਈ ਹੈ। ਰਾਜ ਸਭਾ ਦੀ ਰੂਲ ਬੁੱਕ ਵਿੱਚ ਲਿਖਿਆ ਗਿਆ ਹੈ ਕਿ ਜੇਕਰ ਰਾਜ ਸਭਾ ਦੇ ਕਿਸੇ ਵੀ ਮੈਂਬਰ ਨੂੰ ਇਹ ਲੱਗੇ ਕਿ ਵੌਇਸ ਵੋਟ ਸਹੀ ਨਹੀਂ ਹੈ ਤਾਂ ਰਾਜ ਸਭਾ ਦਾ ਕੋਈ ਵੀ ਮੈਂਬਰ ਡਿਮਾਂਡ ਕਰ ਸਕਦਾ ਹੈ ਕਿ ਵੌਇਸ ਵੋਟ ਨਹੀਂ ਡਿਵੀਜ਼ਨ ਹੋਣਾ ਚਾਹੀਦਾ ਹੈ। ਸੋ ਡਿਵੀਜ਼ਨ ਕੀ ਹੁੰਦਾ ਹੈ? ਸੋ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ 4 ਤਰ੍ਹਾਂ ਦੇ ਤਰੀਕੇ ਹੁੰਦੇ ਨੇ ਰਾਜ ਸਭਾ ਦੇ ਵਿੱਚ ਵੋਟਿੰਗ ਕਰਨ ਦੇ, ਜਿਨ੍ਹਾਂ ਵਿੱਚੋਂ ਪਹਿਲਾ ਹੈ ਵੌਇਸ ਵੋਟ ਤੇ ਦੂਜਾ ਕਾਊਂਟਿੰਗ ਜਿਹਦੇ ਵਿੱਚ ਹੱਥ ਖੜੇ ਕਰਾਏ ਜਾਂਦੇ ਨੇ ਤੇ ਉਹਨਾਂ ਨੂੰ ਗਿਣਿਆ ਜਾਂਦਾ ਹੈ, ਤੇ ਤੀਜਾ ਡਿਵੀਜ਼ਨ ਬਾਏ ਆਟੋਮੈਟਿਕ ਵੋਟ ਰਿਕਾਰਡਰ, ਤੇ ਚੌਥਾ ਡਿਵੀਜ਼ਨ ਬਾਏ ਗੋਇੰਗ ਇਨਟੂ ਦਾ ਲੌਬੀਜ਼। ਮਤਲਬ ਇਹ ਤੀਜਾ ਤੇ ਚੌਥਾ ਤਰੀਕਾ ਡਿਵੀਜ਼ਨ ਹੁੰਦਾ ਹੈ ਤੇ ਇਸ ਦੇ ਵਿੱਚ ਪਰਮਾਨੈਂਟ ਰਿਕਾਰਡ ਰੱਖਿਆ ਜਾਂਦਾ ਹੈ ਕਿ ਕਿੰਨੇ MPਾਂ ਨੇ ਇਸ ਦੇ ਪੱਖ ਵਿੱਚ ਵੋਟ ਕੀਤਾ ਹੈ ਤੇ ਕਿੰਨਿਆਂ ਨੇ ਇਸ ਦੇ ਵਿਰੋਧ ਵਿੱਚ, ਤੇ ਪਹਿਲੇ ਦੋ ਵਿੱਚ ਕੋਈ ਰਿਕਾਰਡ ਨਹੀਂ ਰੱਖਿਆ ਜਾਂਦਾ। ਤੇ ਵੌਇਸ ਵਿੱਚ ਤਾਂ ਇਹ ਦੱਸਣਾ ਹੀ ਮੁਸ਼ਕਲ ਹੈ ਕਿ ਕੌਣ ਹਾਂ ਬੋਲ ਰਿਹਾ ਹੈ ਤੇ ਕੌਣ ਨਾ, ਤੇ ਕਾਊਂਟਿੰਗ ਦੇ ਵਿੱਚ ਵੀ ਗਲਤੀ ਹੋ ਸਕਦੀ ਹੈ। ਤੇ ਡਿਵੀਜ਼ਨ ਦੇ ਦੋ ਤਰੀਕੇ ਨੇ ਇਹ ਤੁਹਾਨੂੰ ਪਤਾ ਲੱਗ ਗਿਆ, ਜਿਸ ਵਿੱਚ ਇੱਕ ਤਾਂ ਆਟੋਮੈਟਿਕ ਬਟਨ ਦਬਾਇਆ ਜਾਂਦਾ ਹੈ ਜੋ ਕਿ ਸਕਰੀਨ ਵਿੱਚ ਦਿਖਾਈ ਦਿੰਦਾ ਹੈ ਕਿ ਕਿੰਨਿਆਂ ਨੇ ਜੈਸ ਦੱਬਿਆ ਤੇ ਕਿੰਨਿਆਂ ਨੇ ਨੋ ਦੱਬਿਆ, ਤੇ ਦੂਜਾ ਤਰੀਕਾ ਲੌਬੀਜ਼ ਦੇ ਵਿੱਚ ਜਾ ਕੇ ਵੋਟ ਰਿਕਾਰਡ ਕਰਨ ਦਾ। ਸੋ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਕਿ ਰਾਜ ਸਭਾ ਦੀ ਰੂਲ ਬੁੱਕ ਵਿੱਚ ਲਿਖਿਆ ਹੈ ਕਿ ਜੇਕਰ ਕੋਈ ਮੈਂਬਰ ਕਹਿੰਦਾ ਕਿ ਸਾਨੂੰ ਵੌਇਸ ਵੋਟ ਨਹੀਂ ਕਰਨੀ, ਅਸੀਂ ਡਿਵੀਜ਼ਨ ਕਰਾਉਣੀ ਚਾਹੁੰਦੇ ਹਾਂ, ਬੇਸ਼ੱਕ ਉਹ ਕੋਈ ਸਿੰਗਲ ਪਰਸਨ ਕਹੇ ਤਾਂ ਚੇਅਰਮੈਨ ਨੂੰ ਸੁਣਨਾ ਹੀ ਪਵੇਗਾ। ਸੋ ਇਸ ਸਮੇਂ ਵੀ ਇਹ ਆਵਾਜ਼ ਉਠਾਈ ਗਈ ਸੀ ਆਪੋਜਿਟ MPs ਦੁਆਰਾ ਕਿ ਅਸੀਂ ਵੌਇਸ ਨਹੀਂ ਡਿਵੀਜ਼ਨ ਵੋਟ ਚਾਹੁੰਦੇ ਹਾਂ, ਪਰ ਉਹਨਾਂ ਨੇ ਕਿਹਾ ਕਿ ਅਸੀਂ ਡਿਵੀਜ਼ਨ ਆਫ ਵੋਟਸ ਉਦੋਂ ਹੀ ਕਰ ਸਕਦੇ ਹਾਂ ਜਦੋਂ ਸਾਰੇ ਮੈਂਬਰ ਆਪਣੀ ਸੀਟ ਤੇ ਬੈਠਣਗੇ। ਸੋ ਇਹ ਕਿੱਸਾ ਤੁਸੀਂ ਆਪਣੀ YouTube ਤੇ ਰਾਜ ਸਭਾ TV ਤੇ ਜਾ ਕੇ ਦੇਖ ਸਕਦੇ ਹੋ, ਸੈਸ਼ਨ ਨੰਬਰ 252। ਸੋ ਤੁਸੀਂ ਦੇਖ ਸਕਦੇ ਹੋ ਕਿ ਇੱਥੇ 3 ਸੈਕਿੰਡ ਲਈ ਆਵਾਜ਼ ਬੰਦ ਕਰ ਦਿੱਤੀ ਗਈ ਸੀ। ਸੋ ਜਿਸ ਸਮੇਂ ਲੋਕਾਂ ਨੇ ਡਿਵੀਜ਼ਨ ਦੀ ਮੰਗ ਕੀਤੀ ਸੀ ਤੇ ਜਿਸਦਾ ਆਂਸਰ ਉਹ ਦੇ ਰਹੇ ਨੇ ਕਿ ਡਿਵੀਜ਼ਨ ਦੀ ਮੰਗ ਆਪਣੀ ਸੀਟ ਤੇ ਜਾ ਕੇ ਕਰੋ, ਤੇ ਇਹ ਡਿਮਾਂਡ ਰਿਜੈਕਟ ਕਰਨ ਤੋਂ ਬਾਅਦ ਉੱਥੇ ਬਹੁਤ ਜ਼ਿਆਦਾ ਰੌਲਾ ਪੈ ਗਿਆ। ਤੇ ਜਿਸ ਤੋਂ ਬਾਅਦ TMC ਦੇ MP ਡਰੈਕ ਓਬਰਾਏ ਨੇ ਪਾਰਲੀਮੈਂਟ ਦੀ ਰੂਲ ਬੁੱਕ ਦਿਖਾਉਂਦੇ ਹੋਏ ਕਿਹਾ ਕਿ ਜੇਕਰ ਇਹ ਡਿਵੀਜ਼ਨ ਆਫ ਵੋਟਸ ਨਹੀਂ ਕਰਾਏ ਜਾਣਗੇ ਤਾਂ ਇਹ ਵਾਇਲੇਸ਼ਨ ਆਫ ਕੰਡਕਟ ਹੋਵੇਗਾ, ਮਤਲਬ ਕਿ ਸ਼ਰੇਆਮ ਧੱਕਾ। ਤੇ ਜਿਸ ਤੋਂ ਬਾਅਦ ਰਾਜ ਸਭਾ ਦੇ ਵਿੱਚ ਬਹੁਤ ਸਾਰਾ ਰੌਲਾ ਪੈਂਦਾ ਹੈ ਇਸ ਚੀਜ਼ ਨੂੰ ਲੈ ਕੇ, ਤੇ ਮਾਈਕ ਵੀ ਤੋੜੇ ਜਾਂਦੇ ਨੇ
ਆਪੋਜੀਸ਼ਨ ਐਮਪੀਸ ਦੁਆਰਾ। ਪਰ ਮੀਡੀਆ ਦੇ ਵਿੱਚ ਇਹ ਦਿਖਾਇਆ ਗਿਆ ਕਿ ਡਰੇਕ ਓਬਰਾਏ ਨੇ ਰੂਲ ਬੁੱਕ ਪੜ੍ਹੀ ਹੈ ਚੇਅਰਮੈਨ ਦੇ ਸਾਹਮਣੇ, ਤੇ ਕੁੱਲ ਮਿਲਾ ਕੇ ਨਿਊਜ਼ ਦੇ ਵਿੱਚ ਇਸ ਤਰ੍ਹਾਂ ਦਿਖਾਇਆ ਗਿਆ ਕਿ ਦੂਜੀ ਪਾਰਟੀ ਵਾਲੇ ਐਮਪੀ ਲੋਕਤੰਤਰ ਦੀ ਰਿਸਪੈਕਟ ਨਹੀਂ ਕਰਦੇ। ਪਰ ਡਰੇਕ ਓਬਰਾਏ ਦਾ ਕਹਿਣਾ ਕਿ ਇਹਨਾਂ ਨੇ ਰੂਲ ਬੁੱਕ ਪਾੜੀ ਨਹੀਂ ਸੀ, ਬਲਕਿ ਇਹ ਰੂਲ ਬੁੱਕ ਉਹਨਾਂ ਨੂੰ ਦਿਖਾ ਰਹੇ ਸੀ। ਤੇ ਜਿਸ ਤੋਂ ਬਾਅਦ ਰਾਜ ਸਭਾ ਟੀਵੀ ਆਪਣੀ ਬ੍ਰੌਡਕਾਸਟ ਬੰਦ ਕਰ ਦਿੰਦਾ ਤੇ ਸਾਰੇ ਮਾਈਕਾਂ ਨੂੰ ਬੰਦ ਕਰ ਦਿੱਤਾ ਜਾਂਦਾ ਤਾਂ ਜੋ ਇਹ ਗੱਲਾਂ ਜਨਤਾ ਤੱਕ ਨਾ ਜਾ ਸਕਣ। ਸੋ ਜਿਸ ਤੋਂ ਬਾਅਦ ਡਰੇਕ ਓਬਰਾਏ ਦਾ ਕਹਿਣਾ ਕਿ ਉਹਨਾਂ ਨੇ ਮਹਿਸੂਸ ਕੀਤਾ ਕਿ ਰਾਜ ਸਭਾ ਟੀਵੀ ਨੂੰ ਸੈਂਸਰ ਕੀਤਾ ਜਾ ਰਿਹਾ ਹੋਵੇਗਾ, ਤੇ ਉਹਨਾਂ ਨੇ ਬਾਕੀ ਸਾਰੇ ਮੈਂਬਰਾਂ ਨੂੰ ਕਿਹਾ ਕਿ ਆਪਣੇ ਫੋਨ ਕੱਢੋ, ਉਹਨਾਂ ਨਾਲ ਵੀਡੀਓ ਬਣਾਉਣੀ ਸ਼ੁਰੂ ਕਰੋ ਤੇ ਜੋ ਇੱਥੇ ਹੋ ਰਿਹਾ ਉਸ ਨੂੰ ਰਿਕਾਰਡ ਕਰੋ ਤਾਂ ਜੋ ਲੋਕਾਂ ਤੱਕ ਇਹ ਪਹੁੰਚ ਸਕੇ। ਟੀਵੀ ਤੇ ਇਹ ਵੀਡੀਓ ਵੀ ਦਿਖਾਈ ਗਈ ਜਿਸ ਵਿੱਚ ਆਮ ਆਦਮੀ ਦੇ ਐਮਪੀ ਸੰਜੇ ਸਿੰਘ ਟੇਬਲ ਤੇ ਖੜ ਕੇ ਪ੍ਰੋਟੈਸਟ ਕਰ ਰਹੇ ਨੇ। ਸੋ ਜੇਕਰ ਹੁਣ ਮੀਡੀਆ ਸਿਰਫ ਇਹੀ ਵੀਡੀਓ ਦਿਖਾਵੇਗਾ ਤਾਂ ਆਮ ਆਦਮੀ ਦੇ ਦਿਮਾਗ ਵਿੱਚ ਇਹ ਗੱਲ ਆਵੇਗੀ ਕਿ ਐਵੇਂ ਹੀ ਆਪੋਜੀਸ਼ਨ ਵਾਲਿਆਂ ਨੇ ਗੰਦ ਪਾਇਆ ਉੱਥੇ, ਬਿਨਾਂ ਮਤਲਬ ਤੋਂ ਲੜੀ ਜਾਂਦੇ ਨੇ, ਕੰਮ ਇਹਨਾਂ ਤੋਂ ਕੋਈ ਹੁੰਦਾ ਨਹੀਂ ਤੇ ਨਾ ਹੀ ਇਹ ਦੂਜਿਆਂ ਨੂੰ ਕਰਨ ਦੇ ਰਹੇ ਨੇ। ਕਿਉਂਕਿ ਜਦੋਂ ਤੱਕ ਉਹਨਾਂ ਨੂੰ ਪੂਰੀ ਕਹਾਣੀ ਦਾ ਨਹੀਂ ਪਤਾ ਲੱਗੇਗਾ ਕਿ ਉਹ ਕਿਉਂ ਟੇਬਲ ਤੇ ਚੜ੍ਹਿਆ, ਉਦੋਂ ਤੱਕ ਉਹ ਇਨਸਾਨ ਲੋਕਾਂ ਦੀ ਨਿਗਾਹ ਵਿੱਚ ਵਿਲਨ ਹੀ ਦਿਖਾਈ ਦੇਵੇਗਾ, ਜੋ ਕਿ ਕੁਝ ਕੁ ਮੀਡੀਆ ਬਹੁਤ ਹੀ ਵਧੀਆ ਤਰੀਕੇ ਨਾਲ ਆਪੋਜੀਸ਼ਨ ਪਾਰਟੀਸ ਲਈ ਕਰਦਾ ਹੈ। ਤੇ TMC ਦੇ MP ਡਰੇਕ ਓਬਰਾਏ ਦਾ ਇਹੀ ਕਹਿਣਾ ਸੀ ਕਿ ਕੁੱਲ ਮਿਲਾ ਕੇ ਲੋਕਤੰਤਰ ਦਾ ਕਤਲ ਕੀਤਾ ਜਾ ਰਿਹਾ ਹੈ ਤੇ ਅਸਲ ਵਿੱਚ ਵੋਟਿੰਗ ਨਹੀਂ ਕਰਾਈ ਗਈ, ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਸਰਕਾਰ ਕੋਲ ਇੰਨੇ ਨੰਬਰ ਨਹੀਂ ਸੀ ਰਾਜ ਸਭਾ ਦੇ ਵਿੱਚ ਇਹ ਬਿੱਲ ਪਾਸ ਕਰਾਉਣ ਲਈ, ਤੇ ਇਸ ਕਰਕੇ ਇਹਨਾਂ ਨੇ ਡਿਵੀਜ਼ਨ ਵੋਟਿੰਗ ਨਹੀਂ ਕਰਾਈ ਤੇ ਵੌਇਸ ਵੋਟਿੰਗ ਦੇ ਨਾਮ ਤੇ ਇਹਨਾਂ ਨੇ ਇਸ ਬਿੱਲ ਨੂੰ ਜਲਦੀ ਤੋਂ ਜਲਦੀ ਪਾਸ ਕਰ ਦਿੱਤਾ। ਤੇ ਹੁਣ ਤੁਸੀਂ ਸੋਚ ਸਕਦੇ ਹੋ ਕਿ ਰਾਜ ਸਭਾ ਕਿਉਂ ਬਣਾਈ ਗਈ ਹੈ, ਤਾਂ ਜੋ ਉੱਥੇ ਲੋਕਾਂ ਦੀ ਰਾਏ ਲਈ ਜਾਵੇ ਤੇ ਫਿਰ ਕੋਈ ਬਿੱਲ ਪਾਸ ਕੀਤਾ ਜਾਵੇ। ਸੋ ਹੁਣ ਜਿਹੜੇ ਲੋਕ ਫਾਰਮਰ ਬਿੱਲ ਦੀ ਸਪੋਰਟ ਕਰਦੇ ਨੇ ਜਾਂ ਬੇਸ਼ੱਕ ਨਹੀਂ ਵੀ ਕਰਦੇ, ਪਰ ਇਹ ਚੀਜ਼ ਤਾਂ ਉਹਨਾਂ ਨੂੰ ਮੰਨਣੀ ਪੈਣੀ ਹੈ ਕਿ ਜੋ ਰਾਜ ਸਭਾ ਦੇ ਵਿੱਚ ਹੋਇਆ ਇਹ ਬਹੁਤ ਹੀ ਗਲਤ ਹੋਇਆ। ਮਤਲਬ ਕੱਲ ਨੂੰ ਜੇਕਰ ਸਰਕਾਰ ਏਦਾਂ ਹੀ ਵੌਇਸ ਵੋਟਿੰਗ ਦੇ ਸਹਾਰੇ ਬਿੱਲ ਪਾਸ ਕਰਨ ਲੱਗ ਗਈ ਤਾਂ ਕੀ ਫਾਇਦਾ ਰਹੂਗਾ ਲੋਕਤੰਤਰ ਦਾ ਤੇ ਰਾਜ ਸਭਾ ਦਾ। ਤੇ ਇਸ ਤੋਂ ਬਾਅਦ ਰਾਜ ਸਭਾ ਦੇ ਚੇਅਰਮੈਨ ਨੇ ਦੂਜੀਆਂ ਪਾਰਟੀਆਂ ਦੇ 8 MPs ਨੂੰ ਸਸਪੈਂਡ ਕਰ ਦਿੱਤਾ ਉਸ ਦਿਨ ਮਿਸਬਿਹੇਵ ਕਰਨ ਕਰਕੇ, ਤੇ ਇਹੀ 8 MP ਅੱਜ ਦੀ ਡੇਟ ਵਿੱਚ ਪਾਰਲੀਮੈਂਟ ਦੇ ਬਾਹਰ ਬੈਠੇ ਨੇ ਧਰਨਾ ਲਾ ਕੇ, ਨਾ ਕਿ ਉਸ ਵਜ੍ਹਾ ਕਰਕੇ ਜੋ ਉਸ ਦਿਨ ਹੋਇਆ ਸੀ, ਬਲਕਿ ਇਹ ਕਿਸਾਨ ਵਿਰੋਧੀ ਬਿੱਲ ਕਰਕੇ ਵੀ, ਤੇ ਜਿਨ੍ਹਾਂ ਦੇ ਨਾਮ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ। ਤੇ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਬਾਅਦ 22 ਸਤੰਬਰ ਨੂੰ 7 ਬਿੱਲ ਪਾਸ ਕੀਤੇ ਗਏ ਨੇ ਰਾਜ ਸਭਾ ਦੇ ਵਿੱਚ, ਪਰ ਹੁਣ ਕੋਈ ਆਪੋਜੀਸ਼ਨ ਉੱਥੇ ਮੌਜੂਦ ਨਹੀਂ ਸੀ, ਕੋਈ ਵੀ ਇਹਨਾਂ ਬਿੱਲਾਂ ਦਾ ਵਿਰੋਧ ਕਰਨ ਵਾਲਾ ਉੱਥੇ ਮੌਜੂਦ ਨਹੀਂ ਸੀ, ਕਿਉਂਕਿ ਜ਼ਿਆਦਾਤਰ ਪਾਰਟੀਆਂ ਬਾਹਰ ਉਹਨਾਂ MPਾਂ ਦੇ ਨਾਲ ਧਰਨੇ ਤੇ ਸੀ ਜੋ ਸਸਪੈਂਡ ਹੋਏ ਸੀ, ਤੇ ਰਾਜ ਸਭਾ ਦੇ ਅੰਦਰ ਸਿਰਫ ਉਹਨਾਂ ਦੇ ਆਪਣੇ ਹੀ ਬੰਦੇ ਸੀ, ਤੇ ਜੋ ਕਿ ਉਸ ਸਮੇਂ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ। ਸੋ ਇਹ ਕੁਝ ਸੱਚਾਈਆਂ ਨੇ, ਪਰ ਸਾਰੇ ਲੀਡਰ ਮਾੜੇ ਵੀ ਨਹੀਂ ਹੁੰਦੇ, ਪਰ ਬਾਕੀਆਂ ਕਰਕੇ ਉਹਨਾਂ ਦਾ ਨਾਮ ਵੀ ਮਾੜਿਆਂ ਵਿੱਚ ਗਿਣਿਆ ਜਾਂਦਾ ਹੈ। ਸੋ ਜੇਕਰ ਤੁਹਾਨੂੰ ਇਹ ਇਨਫੋਰਮੇਸ਼ਨ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ, ਤੇ ਨਾਲ ਦੀ ਨਾਲ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਹ ਇਨਫੋਰਮੇਸ਼ਨ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚ ਸਕੇ। ਸੋ ਜੇਕਰ ਤੁਸੀਂ ਇਹ ਵੀਡੀਓ ਨੂੰ ਹੁਣ ਤੱਕ ਦੇਖ ਰਹੇ ਹੋ ਤਾਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਤੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਲੈਣ ਲਈ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਕਰ ਸਕਦੇ ਹੋ, ਉੱਥੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਮਿਲਦਾ ਹੈ। ਸੋ ਕਹਿਣ ਦਾ ਭਾਵ ਇਹ ਹੈ ਕਿ ਇਹ ਗੱਲਾਂ ਜੋ ਤੁਸੀਂ ਸੁਣੀਆਂ ਨੇ ਇਹ ਸਰਕਾਰ ਨੇ ਦੇਣੀਆਂ ਤਾਂ ਹੈ ਨਹੀਂ, ਪਰ ਜੋ ਕਿਸਾਨਾਂ ਦੇ ਹੱਕ ਉਹਨਾਂ ਦੇ ਕੋਲ ਹੈ ਉਹਨਾਂ ਨੂੰ ਖੋਵੇ ਤਾਂ ਨਾ।